ਆਉਣ ਵਾਲਿਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਪਾਰਟੀ ਵੱਲੋਂ ਜ਼ਿਲ੍ਹਾ ਪੱਧਰ ਤੇ ਪਾਰਟੀ ਪ੍ਰਭਾਰੀ ਦੀ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਇਸ ਦੇ ਚੱਲਦਿਆਂ ਬਟਾਲਾ ਇਕਾਈ ਦੇ ਭਾਜਪਾ ਵੱਲੋਂ ਥਾਪੇ ਗਏ ਇਸ ਜ਼ਿਲ੍ਹਾ ਪ੍ਰਭਾਰੀ ਇੰਦਰ ਇਕਬਾਲ ਸਿੰਘ ਅਟਵਾਲ ਵੱਲੋਂ ਅੱਜ ਬਟਾਲਾ ਦੇ ਸਮੂਹ ਸਥਾਨਕ ਲੀਡਰਸ਼ਿਪ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ। ਉੱਥੇ ਹੀ ਇੰਦਰ ਇਕਬਾਲ ਸਿੰਘ ਅਟਵਾਲ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦਾ ਮਕਸਦ ਹੈ ਕਿ ਜੋ ਕੇਂਦਰ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਲਈ ਲਾਭ ਦੇਣ ਦੇ ਮਕਸਦ ਨਾਲ ਸਕੀਮਾਂ ਸ਼ੁਰੂ ਕੀਤੀਆਂ ਨੇ ਉਹਨਾਂ ਦਾ ਲਾਭ ਵੱਧ ਤੋਂ ਵੱਧ ਲੋਕ ਲੈਣ ਅਤੇ ਉਹਨਾਂ ਸਕੀਮਾਂ ਬਾਰੇ ਜਾਣੂ ਵੀ ਹੋਣ ਅਤੇ ਇਸੇ ਮਕਸਦ ਨਾਲ ਆਉਣ ਵਾਲੇ ਦਿਨਾਂ 'ਚ ਉਹਨਾਂ ਦੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਦੇ ਵੱਖ ਵੱਖ ਕਸਬਿਆਂ ਅਤੇ ਪਿੰਡਾਂ 'ਚ ਖੁਦ ਲੋਕਾਂ ਤੱਕ ਪਹੁੰਚ ਕਰ ਉਹਨਾਂ ਨੂੰ ਜਿੱਥੇ ਲੋਕ ਪੱਖੀ ਸਕੀਮਾਂ ਤੋਂ ਜਾਣੂ ਕਰਵਾਉਣਗੇ ਉੱਥੇ ਹੀ ਉਹਨਾਂ ਨੂੰ ਉਹਨਾਂ ਸਕੀਮਾਂ ਦਾ ਲਾਭ ਕਿਵੇਂ ਮਿਲ ਸਕਦਾ ਬਾਰੇ ਦੱਸਣਗੇ ਅਤੇ ਉਹ ਇੱਕ ਵਿਕਾਸ ਯਾਤਰਾ ਦੇ ਬੈਨਰ ਹੇਠ ਹਰ ਜਗ੍ਹਾ ਤੇ ਜਾਣਗੇ। ਉੱਥੇ ਹੀ ਉਹਨਾਂ ਦੱਸਿਆ ਕਿ ਭਾਜਪਾ ਦੇ ਨੇਤਾ ਅਸ਼ਵਨੀ ਸੇਖੜੀ ਵੱਲੋਂ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਨੂੰ ਕੇਂਦਰ ਸਰਕਾਰ ਅੱਗੇ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਰੱਖੀ ਗਈ ਹੈ ਜਿਸ ਦੀ ਉਹ ਹਮਾਇਤ ਕਰਦੇ ਨੇ ਅਤੇ ਉਹ ਕੇਂਦਰ ਅਤੇ ਭਾਜਪਾ ਦੇ ਆਲਾ ਨੇਤਾਵਾਂ ਨੂੰ ਮੰਗ ਕਰਨਗੇ ਕਿ ਜਿਵੇਂ ਹਿਮਾਚਲ ਅਤੇ ਹੋਰਨਾਂ ਸੂਬਿਆਂ 'ਚ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਪੈਕੇਜ ਦਿੱਤੇ ਨੇ ਉੱਥੇ ਤਰਜ ਤੇ ਪੰਜਾਬ ਨੂੰ ਵੀ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। ਉੱਥੇ ਹੀ ਆਉਣ ਵਾਲੇ ਚੋਣਾਂ 'ਚ ਭਾਜਪਾ ਵੱਲੋਂ ਕਿਸੇ ਅਭਿਨੇਤਾ ਨੂੰ ਦੁਬਾਰਾ ਚੁਣਾਵੀ ਮੈਦਾਨ 'ਚ ਉਤਾਰਿਆ ਜਾਵੇਗਾ ਦੇ ਸਵਾਲ ਤੇ ਭਾਜਪਾ ਨੇਤਾ ਦਾ ਕਹਿਣਾ ਸੀ ਕਿ ਉਮੀਦਵਾਰ ਦਾ ਫੈਸਲਾ ਪਾਰਟੀ ਹਾਈ ਕਮਾਂਡ ਦਾ ਹੋਵੇਗਾ। ਉਹ ਤਾਂ ਇੱਕ ਵਰਕਰ ਦੇ ਤੌਰ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਨੇ। ਹੋਰ ਉਹਨਾਂ ਨੇ ਕੀ ਕਿਹਾ, ਆਓ ਸੁਣਦੇ ਹਾਂ ਪੂਰੀ ਖਬਰ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰ ਤੇ ਅਹੁਦੇਦਾਰਾਂ ਦੀ ਅੱਜ ਮੀਟਿੰਗ ਕੀਤੀ ਹੈ। ਬਤੌਰ ਪ੍ਰਭਾਰੀ ਤੇ ਬਤੌਰ ਸਹਿ ਪ੍ਰਭਾਰੀ ਤੌਰ ਤੇ ਅੱਜ ਅਸੀਂ ਪਹਿਲੀ ਪਲੇਠੀ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਸਾਡੇ ਸਤਿਕਾਰਯੋਗ ਸਾਡੇ ਬਹੁਤ ਹੀ ਕਾਬਲ ਅਸ਼ਵਨੀ ਸੇਖੜੀ ਜੀ ਤੇ ਸਾਡੇ ਸਤਿਕਾਰਯੋਗ ਵੱਡੇ ਵੀਰ ਫਤਿਹ ਜੰਗ ਬਾਜਵਾ ਜੀ ਤੇ ਸਮੁੱਚੀ ਲੀਡਰ ਸਾਹਿਬਾਨ ਤੇ ਜ਼ਿਲ੍ਹਾ ਦੀ ਸਾਡੀ ਜਿਹੜੀ ਜਥੇਬੰਦੀ ਹੈ ਜਿੰਨੇ ਮੰਡਲ ਪ੍ਰਧਾਨ ਹੈ ਸਾਰਿਆਂ ਨਾਲ ਅਸੀਂ ਅੱਜ ਪਹਿਲੀ ਮਿਲਣੀ ਕੀਤੀ ਹੈ। ਉਹਨਾਂ ਦੇ ਵਿਚਾਰ ਸੁਣੇ ਹੈ ਔਰ ਆਉਂਦੇ ਸਮੇਂ ਦੇ ਵਿੱਚ ਅਸੀਂ ਬਟਾਲਾ ਜ਼ਿਲ੍ਹਾ ਦੇ ਵਿੱਚ ਜਿਹੜੇ 3 ਅਸੈਂਬਲੀ ਹਲਕੇ ਸਾਡੇ ਪੈਂਦੇ ਹੈ ਫਤਿਹਗੜ੍ਹ ਚੂੜੀਆਂ ਬਟਾਲਾ ਤੇ ਸ਼੍ਰੀ ਹਰਗੋਬਿੰਦਪੁਰ ਇਹਨਾਂ 3 ਅਸੈਂਬਲੀ ਹਲਕਿਆਂ ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਦੇ ਜਿੱਥੇ ਵਰਕਰਾਂ ਦਾ ਜਿੰਨਾ ਵੱਧ ਤੋਂ ਵੱਧ ਹੋਰ ਅੱਛੇ ਤਰੀਕੇ ਨਾਲ ਆਰਗਨਾਈਜੇਸ਼ਨ ਨੂੰ ਪਸਾਰ ਕਰਾਂਗੇ ਤੇ ਭਾਰਤ ਸਰਕਾਰ ਵੱਲੋਂ ਨਰਿੰਦਰ ਮੋਦੀ ਜੀ ਦੀ ਅਗਵਾਈ ਥੱਲੇ ਜਿਹੜੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਲੋਕਾਂ ਤੱਕ ਪਤਾ ਹੀ ਨਹੀਂ ਸੀ ਵੀ ਸਾਡੇ ਲਈ ਕਿਹੜੀਆਂ ਕਿਹੜੀਆਂ ਸਕੀਮਾਂ ਚੱਲਦੀਆਂ ਪਈਆਂ ਨੇ। ਉਹਦੇ ਵਾਸਤੇ ਵਿਕਾਸ ਯਾਤਰਾ ਜਿਹੜੀ ਚੱਲ ਰਹੀ ਹੈ, ਵਿਕਾਸ ਯਾਤਰਾ ਕੱਲੇ ਕੱਲੇ ਪਿੰਡ ਲੈ ਕੇ ਜਾਣ ਦਾ ਅਸੀਂ ਪ੍ਰੋਗਰਾਮ ਲਿਖਿਆ, ਕੱਲੇ ਕੱਲੇ ਸ਼ਹਿਰ ਦੇ ਵਾਰਡ 'ਚ ਲੈ ਕੇ ਜਾਣਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੀ ਕਿਹੜੀ ਸਕੀਮ ਚੱਲਦੀ ਪਈ ਹੈ ਤੇ ਕਿਹੜੀ ਕਿਹੜੀ ਸਾਨੂੰ ਪਤਾ ਹੀ ਨਹੀਂ ਕਿ ਭਾਰਤ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ। ਔਰ ਜਦੋਂ ਵਿਕਾਸ ਯਾਤਰਾ ਉੱਥੇ ਪਿੰਡਾਂ 'ਚ ਜਾਏਗੀ ਮੌਕੇ ਤੇ ਸਾਰੇ ਮਹਿਕਮਿਆਂ ਦੇ ਅਫਸਰ ਵੀ ਹੋਣਗੇ, ਮੁਲਾਜ਼ਮ ਵੀ ਹੋਣਗੇ ਤੇ ਮੌਕੇ ਤੇ ਜਿਹੜਾ ਕੋਈ ਵਿਅਕਤੀ ਜਿਹਨੇ ਲਾਭ ਨਹੀਂ ਲਿੱਤਾ ਉਹਦਾ ਮੌਕੇ ਤੇ ਉਹਦੀ ਰਜਿਸਟ੍ਰੇਸ਼ਨ ਵੀ ਹੋਏਗੀ ਔਰ ਮੌਕੇ ਤੇ ਉਹਨੂੰ ਲਾਭਪਾਤਰੀ ਵੀ ਬਣਾਇਆ ਜਾਏਗਾ। ਇਹ ਸਾਰੀਆਂ ਵਿਉਂਤਬੰਦ ਕਰਨ ਵਾਸਤੇ ਆਉਂਦੇ ਸਮੇਂ ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਅੱਛੇ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਆਰਗਨਾਈਜੇਸ਼ਨਲ ਸੈਟਅਪ ਕਰਕੇ ਲੋਕਾਂ ਦੀ ਸੇਵਾ ਕਰਕੇ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾਵਾਂਗੇ। ਜੇ ਐਂਡ ਕੇ ਨੇ ਜਹਾਂ ਮਾਤੂ ਟੈਕ ਕੇ ਹਰਿਆਣਾ ਪੰਜਾਬ ਸਾਲਾ
ਅਸ਼ਵਨੀ ਸੇਖੜੀ ਜੀ ਨੇ ਜਿਹੜੀ ਮੰਗ ਕੀਤੀ ਹੈ ਉਹ ਦੇਸ਼ ਦੇ ਮਾਣਯੋਗ ਸਾਡੇ ਹੋਮ ਮਿਨਿਸਟਰ ਸਾਹਿਬ ਨਾਲ ਮੀਟਿੰਗ ਕੀਤੀ ਸੀ, ਉਹਦੇ ਵਿੱਚ ਇਹਨਾਂ ਨੇ ਮੁੱਦੇ ਚੱਕੇ ਸੀ ਕਿ ਜਿਹੜੇ ਸਾਡੇ ਪੰਜ ਜਿਹੜੇ ਡਿਸਟ੍ਰਿਕਟ ਬਾਰਡਰ 6 ਬਾਰਡਰ ਜ਼ਿਲ੍ਹੇ ਪੈਂਦੇ ਆ, ਉਹਨਾਂ ਨੂੰ ਸਪੈਸ਼ਲ ਪੈਕੇਜ, ਸਪੈਸ਼ਲ ਇਨਸੈਂਟਿਵ, ਸਪੈਸ਼ਲ ਰਿਜ਼ਰਵੇਸ਼ਨ ਦਿੱਤੀਆਂ ਜਾਣ। ਅਸੀਂ ਉਹਦੇ ਨਾਲ ਬਿਲਕੁਲ ਸਹਿਮਤ ਹਾਂ। ਜਿੱਥੇ 6 ਬਾਰਡਰ ਜ਼ਿਲ੍ਹਿਆਂ ਦੀ ਅਸੀਂ ਸਪੈਸ਼ਲ ਇਨਸੈਂਟਿਵ ਦੀ ਗੱਲ ਕਰਦੇ ਹਾਂ ਔਨ ਦ ਪੈਟਰਨ ਆਫ ਉੱਤਰਾਖੰਡ, ਜੰਮੂ ਕਸ਼ਮੀਰ ਐਂਡ ਹਿਮਾਚਲ ਪ੍ਰਦੇਸ਼, ਬਟ ਭਾਰਤੀ ਜਨਤਾ ਪਾਰਟੀ ਇਸ ਗੱਲ ਦੀ ਪਹਿਲਾਂ ਕੀ ਮਦਈ ਹੈ ਕਿ ਪੰਜਾਬ ਸੂਬੇ ਨੂੰ ਉਹਨਾਂ ਬਾਕੀ ਸੂਬਿਆਂ ਦੇ ਤਰਸ ਤੇ ਉਹ ਸਾਰੇ ਬੈਨੀਫਿਟ ਮਿਲਣੇ ਚਾਹੀਦੇ ਆ ਜਿਹੜੇ ਕਿ ਬਾਕੀ ਉੱਤਰੀ ਭਾਰਤ ਦੇ ਸੂਬਿਆਂ ਨੂੰ ਮਿਲੇ ਹੋਏ ਆ। ਭਾਰਤੀ ਜਨਤਾ ਪਾਰਟੀ ਇਸ ਦੀ ਹਮੇਸ਼ਾ ਤਤਪਰ ਰਹੇਗਾ, ਇਹ ਮੰਗ ਹਮੇਸ਼ਾ ਹੈ। ਇਹਦਾ ਫੈਸਲਾ ਦੇਸ਼ ਦੇ ਸਾਡੇ ਪ੍ਰਧਾਨ ਮੰਤਰੀ ਤੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਾਹਿਬ ਜੇਪੀ ਨੱਡਾ ਜੀ ਤੇ ਸਾਡੇ ਮਾਨਯ ਅਮਿਤ ਸ਼ਾਹ ਜੀ ਤੇ ਸੋ ਪਾਰਲੀਮੈਂਟਰੀ ਬੋਰਡ ਫੈਸਲਾ ਕਰਦਾ ਹੈ ਕਿ ਕਿਹਨੂੰ ਟਿਕਟ ਦੇਣੀ ਹੈ, ਕਿਹਨੂੰ ਟਿਕਟ ਨਹੀਂ ਦੇਣੀ। ਮੇਰਾ ਇਹ ਕੰਮ ਨਹੀਂ ਹੈ, ਮੈਂ ਤਾਂ ਇੱਕ ਵਰਕਰ ਦੇ ਤੌਰ ਤੇ ਜੋ ਮੈਨੂੰ ਡਿਊਟੀ ਲਗਾਈ ਗਈ ਹੈ, ਮੈਂ ਤਾਂ ਬਟਾਲਾ ਜ਼ਿਲ੍ਹੇ ਦੇ ਵਿੱਚ ਬਤੌਰ ਪ੍ਰਭਾਰੀ ਸਹਿਯੋਗ ਦੇਣ ਵਾਸਤੇ ਆਇਆ ਤਾਂ ਕਿ ਮੈਂ ਇੱਥੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੂੰ ਤੇ ਸਮੁੱਚੀ ਟੀਮ ਨੂੰ ਸਹਿਯੋਗ ਦੇ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਸਕੇ। ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ।